ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜੋਂਡੀ ਤਬਲਾ ਮੇਕਰ ਦਿੱਲੀ ਤੋਂ। ਅੱਜ ਮੈਂ ਬੜਾ ਖੁਸ਼ ਹਾਂ, ਦਿੱਲੀ ਘਰਾਣੇ ਦੇ ਉਸਤਾਦ ਜੋ ਨੇ ਉਸਤਾਦ ਬਾਬੂ ਲਾਲ ਜੀ, ਜੋ ਟੀ ਸੀਰੀਜ਼ ਦੇ ਬਹੁਤ ਅੱਛੇ ਕਲਾਕਾਰ ਸਨ, ਜਿਨ੍ਹਾਂ ਨੇ ਬਹੁਤ ਹੀ ਸਾਡੇ ਰਾਗੀ ਸੰਗਤ ਦੇ ਕੈਸਟਾਂ ਵਿੱਚ, ਭਾਈ ਹਰਭਜਨ ਸਿੰਘ ਜੀ ਜਗਾਦਰੀ ਵਾਲੇ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਭਾਈ ਅਨੂਪ ਸਿੰਘ ਜੀ, ਕਈ ਰਾਗੀ ਪੁਰਾਤਨ ਰਾਗੀਆਂ ਦੇ ਨਾਲ ਉਹਨਾਂ ਨੇ ਕੈਸਟਾਂ ਦੀ ਸੇਵਾ ਕੀਤੀ ਹੈ। ਜਿਨ੍ਹਾਂ ਦੇ ਸਪੁੱਤਰ ਉਸਤਾਦ ਕਵੀ ਰਾਕੇਸ਼ ਜੀ ਮੇਰੀ ਦੁਕਾਨ 'ਤੇ ਆਏ ਨੇ, ਅਤੇ ਮੈਂ ਬੜਾ ਖੁਸ਼ ਹਾਂ ਕਿ ਉਹਨਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ, ਅਤੇ ਮੈਂ ਇਸ ਲਾਈਕ 'ਤੇ ਹੈ ਨਹੀਂ। ਦੇਖੋ ਜੋਂਟੀ ਇਤਨਾ ਬੜੀਆ ਤਬਲਾ ਬਣਾ ਰਿਹਾ ਹੈ, ਔਰ ਆਪ ਲੋਕ ਸਭ ਜਾਣਤੇ ਹੀ ਹੈ ਜੋਂਟੀ ਕੇ ਬਾਰੇ ਮੇਂ, ਠੀਕ ਹੈ ਨਾ, ਇਸ ਮੈਂ ਕਹਿਣੇ ਕੀ ਕੋਈ ਬਾਤ ਨਹੀਂ ਹੈ। ਔਰ ਮਿਹਨਤ ਬਹੁਤ ਕਰਤਾ ਹੈ ਯੇ ਲੜਕਾ, ਮਤਲਬ ਖੁਦ ਹੀ ਲਗਾ ਰਹਿਤਾ ਸਾਰਾ ਦਿਨ, ਮਤਲਬ ਨਹੀਂ ਤਬਲਾ ਕਰਨਾ ਤਾਂ ਬਹੁਤ ਬਿਹਤਰ ਕਰਨਾ, ਤੋ ਆਪ ਲੋਕ ਸਭ ਗੁਣੀ ਲੋਕ ਹੋ ਜੋ ਵੀ ਮੇਰੇ ਕੋਲ ਸੁਣ ਰਹੇ ਹੈ, ਮੈਂ ਚਾਹੂੰਗਾ ਇੱਕ ਵਾਰ ਜ਼ਰੂਰ ਜੋਂਟੀ ਕੇ ਪਾਸ ਆਏ ਔਰ ਉਸਕੋ ਆਪਣੀ ਚੁਆਇਸ ਬਤਾਏ। ਔਰ ਇਸਕਾ ਜਵਾਬ ਨਹੀਂ ਹੈ, ਬਿਹਤਰੀਨ ਤਬਲਾ ਬਣਾ ਰਹਾ ਹੈ, ਅਭੀ ਇਸਨੇ ਮੇਰਾ ਤਬਲਾ ਬਣਾਇਆ ਹੈ, ਮੈਂ ਬਾਹਰ ਜਾ ਰਹਾ ਹੂੰ ਤੋ ਉਸਨੇ ਮੇਰਾ ਤਬਲਾ ਬਣਾਇਆ, ਬਹੁਤ ਅੱਛਾ ਤਬਲਾ ਬਣਾਇਆ। ਸਾਊਂਡ ਆ ਰਹੀ ਹੈ ਤਬਲੇ ਕੀ, ਛੋਟੇ ਵਾਲਾ ਵੀ ਤਬਲਾ ਬਹੁਤ ਅੱਛਾ ਬਣਾਇਆ ਇਸਨੇ, ਐਫ ਫੋਰ ਐਫ ਸ਼ਾਰਪ ਦਾ ਤਬਲਾ, ਇਹ ਵੀ ਐਫ ਸ਼ਾਰਪ ਦਾ ਤਬਲਾ ਬਣਾਇਆ, ਬਹੁਤ ਬੜੀਆ ਤਬਲਾ ਬਣਾਇਆ ਇਸਨੇ, ਬਹੁਤ ਬੜੀਆ ਸਾਊਂਡ ਆ ਰਹੀ ਹੈ। ਮੇਰਾ ਆਸ਼ੀਰਵਾਦ ਹੈ, ਉੱਪਰ ਵਾਲੇ ਦਾ ਵੀ ਆਸ਼ੀਰਵਾਦ ਹੈ ਕਿ ਆ ਕੇ ਹੋਰ ਤਰੱਕੀ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।